ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਸੱਭਿਆਚਾਰ ਨੂੰ ਅਨੇਕਾਂ ਹੀ ਗੀਤ ਦੇਣ ਵਾਲੇ ਦੀਪ ਕੰਡਿਆਰਾ ਜੀ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਹਾਂਜੀ ਦੀਪ ਕੰਡਿਆਰਾ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ, ਮੇਰੇ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਦੀਪ ਕੰਡਿਆਰਾ ਜੀ। ਸੋ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪਿੰਡ ਬਾਰੇ ਦੱਸੋ ਜੀ, ਤੁਹਾਡਾ ਪਿੰਡ ਕਿਹੜਾ ਜੀ? ਸ਼ਾਇਦ ਹੀ ਜੱਗ 'ਤੇ ਹੋਵੇ ਪਿੰਡ ਕੋਈ ਇਸ ਗ੍ਰਾਮ ਵਰਗਾ, ਸੱਚਾ ਸੁੱਚਾ ਨਾਨਕ ਸਰ, ਨਾਨਕ ਦੇ ਨਾਮ ਵਰਗਾ। ਫਰੀਦਕੋਟ ਜ਼ਿਲ੍ਹੇ 'ਚ ਕੋਟਕਪੁਰੇ ਦੇ ਨੇੜੇ ਛੋਟਾ ਜਿਹਾ ਪਿੰਡ ਹੈ ਜੀ ਨਾਨਕ ਸਰ, ਜਿਹੜਾ ਮੇਰਾ ਪਿੰਡ ਹੈ ਜੀ। ਇਹ ਗੁਰੂ ਘਟਾਪ ਦੇ ਵੀ ਨੇੜੇ ਪੈਂਦਾ ਜੀ। ਜੀ ਥੈਂਕ ਯੂ ਸਾਹਿਬ। ਸੋ ਤੁਹਾਨੂੰ ਗੀਤ ਲਿਖਣ ਦੀ ਚੇਟਕ ਹੈ ਜਿਹੜੀ ਉਹ ਕਿਵੇਂ ਲੱਗੀ? ਜਦੋਂ ਵਿਆਹਾਂ ਸ਼ਾਦੀਆਂ ਵੇਲੇ ਪਿੰਡ 'ਚ ਮੰਜੇ ਕੋਠੇ 'ਤੇ ਜੋੜ ਕੇ ਸਪੀਕਰ ਵੱਜਦੇ ਸੀ, ਗੀਤਾਂ ਵਿੱਚ ਗੀਤਕਾਰਾਂ ਦੇ ਨਾਂ ਆਉਂਦੇ ਸੀ, ਅਤੇ ਮੈਨੂੰ ਸ਼ੌਂਕ ਲੱਗਾ ਜੀ ਮੇਰੇ ਪਿੰਡ ਦਾ ਵੀ ਨਾਂ ਹੋਣਾ ਚਾਹੀਦਾ। ਇਸ ਵਾਸਤੇ ਮੈਂ ਬਹੁਤ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕੀਤੀ, ਮੈਂ ਆਪਦੇ ਪਿੰਡ ਦਾ ਨਾਂ ਵਜਾ ਕੇ ਹਟਣਾ, ਵਜਾ ਕੇ ਹਟਣਾ, ਵਜਾ ਕੇ ਹਟਣਾ। ਇਸ ਮਿਸ਼ਨ ਵਾਸਤੇ ਮੈਂ ਬਹੁਤ ਸਖਤ ਮਿਹਨਤ ਕੀਤੀ ਜੀ, ਅਤੇ ਮੈਨੂੰ ਲੱਗਦਾ ਮੈਂ ਆਪਦੇ ਮਿਸ਼ਨ 'ਚ ਕਾਫੀ ਹੱਦ ਤੱਕ ਮੈਂ ਕਾਮਯਾਬ ਵੀ ਹਾਂ ਜੀ। ਜੀ ਸੋ ਬਾਕੀ ਜਿਵੇਂ ਸੈਣੇ ਕਹਿੰਦੇ ਨੇ, ਮਿਹਨਤ ਦੇ ਨਾਲ ਰਹਿਮਤ ਹੁੰਦੀ ਆ ਉਸ ਮਾਲਕ ਦੀ, ਹਰ ਇੱਕ ਉੱਤੇ ਨਜ਼ਰ ਰਹੇ ਦੁਨੀਆਂ ਦੇ ਚਾਲਕ ਦੀ, ਜਿਵੇਂ ਟੁੱਕ ਦੀ ਬੁਰਕੀ ਤੋੜ ਕੇ ਮੂੰਹ ਨੂੰ ਲਾਉਣੀ ਪੈਂਦੀ ਹੈ, ਆਪਣੀ ਕਿਸਮਤ ਸੱਜਣੋਂ ਆਪ ਬਣਾਉਣੀ ਪੈਂਦੀ ਹੈ, ਆਪਣੀ ਕਿਸਮਤ ਸੱਜਣੋਂ ਆਪ ਬਣਾਉਣੀ ਪੈਂਦੀ ਹੈ। ਤੁਸੀਂ ਬੜੀ ਮਿਹਨਤ ਕੀਤੀ ਤਾਂ ਤੁਸੀਂ ਇਸ ਮੁਕਾਮ 'ਤੇ ਪੁੱਜੇ, ਔਰ ਤੁਹਾਡਾ ਪਹਿਲਾ ਗੀਤ ਕਦਰ ਕਰੂ ਹੈ ਜੀ। ਮੈਂ ਕਾਫੀ ਟਾਈਮ ਤੋਂ ਲਿਖ ਰਿਹਾ ਸੀ, ਮੈਨੂੰ ਸ਼ੌਂਕ ਸੀ ਲਿਖਣ ਦਾ। ਮੇਰੇ ਪਿੰਡ ਤੋਂ ਮੇਰਾ ਪਰਮ ਮਿੱਤਰ ਦਿਲਬਾਗ ਚਹਿਲ ਜੀ, ਕਰਮਜੀਤ ਬਾਈ ਜੀ ਹੋਰਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀ। ਮੇਰਾ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ 2004 'ਚ ਕਰਮਜੀਤ ਅਨਮੋਲ ਬਾਈ ਜੀ ਦੀ ਬਲੌਰੀ ਅਕਟੇਪ 'ਚ, ਉਹ ਦਿਲਬਾਗ ਨੇ ਹੀ ਉਹਨਾਂ ਨੂੰ ਦਿੱਤਾ ਸੀਗਾ ਜੀ। ਜੀ ਸੋ ਹੁਣ ਤੱਕ ਜੋ ਤੁਹਾਡੇ ਮਕਬੂਲ ਗੀਤ ਨੇ ਉਹਨਾਂ ਦੇ ਵਿੱਚੋਂ ਤੁਹਾਡਾ ਸਭ ਤੋਂ ਨੇੜੇ ਦਾ ਗੀਤ ਹੈ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੈ, ਜਿਹਨੂੰ ਤੁਸੀਂ ਮਤਲਬ ਕਿ ਬੇਹੱਦ ਪਿਆਰ ਵੀ ਕਰਦੇ ਹੋ, ਤੁਹਾਡੇ ਦਿਲ ਦੇ ਨੇੜੇ ਹੈ, ਜਿਹਦੇ ਨਾਲ ਤੁਹਾਡੀ ਵੱਖਰੀ ਪਹਿਚਾਣ ਹੈ ਜਿਹੜੀ ਉਹ ਬਣੀ ਹੈ? ਦੇਖੋ ਜੀ, ਇੱਕ ਲਿਖਣ ਵਾਲੇ ਬੰਦੇ ਨੂੰ ਤਾਂ ਆਪਣੀ ਸਾਰੀਆਂ ਰਚਨਾਵਾਂ ਬਹੁਤ ਪਿਆਰੀਆਂ ਹੁੰਦੀਆਂ। ਹਾਂਜੀ ਕਾਫੀ ਗਾਣੇ ਹੈਗੇ ਜਿਹੜੇ ਮੈਨੂੰ ਆਪ ਨੂੰ ਵੀ ਬਹੁਤ ਪਸੰਦ ਆ, ਜਿਹਨਾਂ 'ਚ ਯਾਰ ਐਵੇਂ ਵੀ ਆ, ਕਰਮਜੀਤ ਬਾਈ ਜੀ ਦਾ ਮੋਰਾ, ਪਿੰਡ ਵਕਾਊ ਵੀ ਮੇਰੇ ਬਹੁਤ ਪਸੰਦ ਆ। ਉਹਨਾਂ ਸਾਰੇ ਗੀਤਾਂ 'ਚੋਂ ਇੱਕ ਗੀਤ ਆ ਮੇਰੇ ਦੋਸਤ ਸਲੀਮ ਸਿਕੰਦਰ ਨੇ ਗਾਇਆ ਹੋਇਆ ਜੀ, ਜਦੋਂ ਤੂੰ ਨਾਂ ਲਵੇਂ ਸਾਡਾ ਵੀ ਦਿਲ ਕੁਰਬਾਨ ਹੋ ਜਾਂਦਾ, ਵੀ ਆਪਣੇ ਆਪ 'ਤੇ ਸੱਜਣਾ ਸਾਨੂੰ ਮਾਣ ਹੋ ਜਾਂਦਾ, ਉਹ ਮੇਰੇ ਦਿਲ ਦੇ ਬਹੁਤ ਨੇੜੇ ਆ ਜੀ, ਉਹ ਮੈਨੂੰ ਬਹੁਤ ਪਿਆਰਾ ਲੱਗਦਾ ਜੀ। ਜੀ ਸੋ ਦੋ ਬੋਲ ਜਿਹੜੇ ਉਹ ਸਾਡੇ ਦਰਸ਼ਕਾਂ ਨੂੰ ਯਾਰਾਂ ਵੇ ਯਾਰਾਂ ਦੇ ਉਹ ਜ਼ਰੂਰ ਤੁਸੀਂ ਸੁਣਾਓ ਜੀ। ਯਾਰਾਂ ਵੇ ਯਾਰਾਂ ਵੇ ਯਾਰਾਂ ਵੇ ਯਾਰਾਂ ਵੇ ਯਾਰਾਂ ਯਾਰਾਂ ਵੇ ਯਾਰਾਂ ਯਾਰਾਂ ਵੇ ਯਾਰਾਂ ਵੇ ਯਾਰਾਂ ਯਾਰਾਂ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਗੀਤ ਜਿਹੜਾ ਅਸੀਂ ਵੀ ਸੁਣਿਆ ਸੋਸ਼ਲ ਮੀਡੀਆ 'ਤੇ ਵੀ ਕਾਫੀ, ਜਿਹਨੂੰ ਲੋਕਾਂ ਨੇ ਪਿਆਰ ਦਿੱਤਾ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਗੱਲ ਕੀਤੀ ਗਈ, ਮੇਰਾ ਸਾਰਾ ਪਿੰਡ ਬਕਾਊ ਹੈ, ਉਹਦੇ ਬਾਰੇ ਦੋ ਸ਼ਬਦ ਨੇ ਜਿਹੜੇ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ। ਦੇਖੋ ਜੀ, ਇੱਕ ਸ਼ਾਇਰ ਦਾ ਕੰਮ ਆ ਸਮਾਜ ਨੂੰ ਸ਼ੀਸ਼ਾ ਦਿਖਾਉਣਾ, ਜਿੱਥੇ ਹੋਰ ਤਰ੍ਹਾਂ ਦੇ ਗਾਣੇ ਅਸੀਂ ਲਿਖਦੇ ਹਾਂ ਜਾਂ ਫਿਲਮਾਂ ਦੀਆਂ ਕਹਾਣੀਆਂ ਦੇ ਹਿਸਾਬ ਨਾਲ ਜਾਂ ਹੋਰ ਵੀ ਮਾਰਕੀਟ 'ਚ ਖੜ੍ਹੇ ਰਹਿਣ ਵਾਸਤੇ, ਉੱਥੇ ਹਰ ਸ਼ਾਇਰ ਬੰਦੇ ਨੂੰ ਚਾਹੀਦਾ ਵੀ ਉਹ ਸਮਾਜ 'ਚ ਜੋ ਵਾਪਰਦਾ ਉਹਦੇ ਬਾਰੇ ਵੀ ਗੱਲ ਕਰੇ। ਸਮਾਜ ਨੂੰ ਸ਼ੀਸ਼ਾ ਵਿਖਾਉਣਾ ਵੀ ਸਾਡਾ ਇੱਕ ਫਰਜ਼ ਬਣਦਾ, ਅਤੇ ਜੋ ਆਲੇ ਦੁਆਲੇ ਵਾਪਰਦਾ ਭਾਵੇਂ ਕੋਈ ਲਿਖੇ ਜਾਂ ਨਾ ਲਿਖੇ, ਜਾਂ ਰਿਕਾਰਡ ਕਰੇ ਕੋਈ ਜਾਂ ਨਾ ਕਰੇ, ਅਤੇ ਲਿਖਦਾ ਤਾਂ ਮੇਰੇ ਖਿਆਲ 'ਚ ਹਰ ਕੋਈ ਹੋਊਗਾ, ਹੈ ਨਾ। ਬਾਕੀ ਇਹੋ ਜਿਹੇ ਗਾਣੇ ਰਿਕਾਰਡ ਕਰਾਉਣ ਦੀ ਹਿੰਮਤ ਹਰੇਕ ਬੰਦੇ 'ਚ ਨਹੀਂ ਹੁੰਦੀ। ਮੈਂ ਕਰਮਜੀਤ ਬਾਈ ਜੀ ਨੂੰ ਸਲੂਟ ਕਰਦਾ ਜਿਹਨੇ ਇੰਨਾ ਸੋਸ਼ਲ ਗਾਣਾ ਰਿਕਾਰਡ ਕਰਨ ਦੀ ਹਿੰਮਤ ਕੀਤੀ, ਲੋਕਾਂ ਦਾ ਦਰਦ ਉਠਾਉਣ ਦੀ ਗੱਲ ਕੀਤੀ। ਬਹੁਤ ਰਿਸਕ ਵਾਲਾ ਕੰਮ ਹੁੰਦਾ ਇਹੋ ਜਿਹੇ ਗਾਣੇ ਰਿਕਾਰਡ ਕਰਨਾ, ਔਰ ਮੈਂ ਸਲੂਟ ਕਰਦਾ ਕਰਮਜੀਤ ਬਾਈ ਨੂੰ ਜਿਨ੍ਹਾਂ ਨੇ ਗਾਣਾ ਰਿਕਾਰਡ ਕੀਤਾ, ਔਰ ਸਲੂਟ ਕਰਦਾ ਸਾਰੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੇ ਵੱਧ ਤੋਂ ਵੱਧ ਸ਼ੇਅਰ ਕੀਤਾ, ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਗਾਣਾ, ਅਤੇ ਬਿਨਾਂ ਚੈਨਲਾਂ 'ਤੇ ਚੱਲਣ ਤੋਂ ਵੀ ਗਾਣਾ ਸਾਰੀ ਦੁਨੀਆ ਨੇ ਸੁਣਿਆ ਹੋਇਆ, ਔਰ ਬਹੁਤ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ, ਅਤੇ ਸਾਡੇ 'ਚ ਅੱਗੇ ਤੋਂ ਵੀ ਇਹੋ ਜਿਹੇ ਗਾਣੇ ਕਰਨ ਦੀ ਹਿੰਮਤ ਆਈ। ਕੋਸ਼ਿਸ਼ ਆ ਵੀ ਸਾਡੀ ਦੂਜੇ ਗਾਣਿਆਂ ਦੇ ਨਾਲ ਨਾਲ ਸੋਸ਼ਲ ਗਾਣੇ ਵੀ ਲੋਕਾਂ ਦੀ ਕਚਹਿਰੀ 'ਚ ਅਸੀਂ ਲੈ ਕੇ ਜਾਈਏ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਹਿਆਂ ਨਹੀਂ, ਕਿਉਂਕਿ ਅੱਜ ਕੱਲ੍ਹ ਧੂਮ ਧੜੱਕੇ ਵਾਲੇ, ਚੱਕ ਲਓ ਧਰ ਲਿਆ ਵਾਲੇ,
ਪਸਤੌਲਾਂ ਵਾਲੇ ਗਾਣੇ, ਰਾਹੁਲਾਂ ਵਾਲੇ ਗਾਣੇ ਨੇ ਜਿਹੜੇ ਬੇਹੱਦ ਜ਼ਿਆਦਾ ਚੱਲਦੇ ਨੇ ਅਤੇ ਲੋਕ ਪਸੰਦ ਵੀ ਕਰਦੇ ਨੇ। ਪਰ ਹੁਣ ਜਿਹੜਾ ਦੇਖਿਆ ਜਾਵੇ, ਜਿਵੇਂ ਤੁਸੀਂ ਨੇ ਉਹ ਗੀਤ ਕੀਤਾ ਮੇਰਾ ਪਿੰਡ ਬਕਾਊ ਹੈ, ਇਸ ਤਰ੍ਹਾਂ ਦੇ ਗੀਤ ਰਿਕਾਰਡਿੰਗ ਕਰਨ ਦੀ ਹਿੰਮਤ ਬਹੁਤ ਘੱਟ ਕਰਦੇ ਨੇ, ਕਿਉਂਕਿ ਲੋਕ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਲੋਕ ਸੁਣਨ ਵਾਲੇ ਨਹੀਂ, ਲੋਕ ਸੱਚ ਸੁਣ ਕੇ ਬਹੁਤ ਰਾਜ਼ੀ ਨੇ, ਪਰ ਸੱਚ ਸੁਣਨਾ, ਗਾਉਣਾ ਅਤੇ ਸੱਚ 'ਤੇ ਪੈਸਾ ਖਰਚ ਕਰਨਾ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਵੱਲ ਹਿੰਮਤ ਕਰਦੇ ਨੇ। ਸੋ ਤੁਹਾਡੇ ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਹੁਣ ਤੱਕ ਗੀਤ ਰਿਕਾਰਡ ਹੋ ਚੁੱਕੇ ਨੇ? ਮੇਰੇ ਪੁੱਤ ਜੱਟਾਂ ਦੇ ਜੱਟ ਬੋਏ ਵਿੱਚ ਯਾਰਾ ਵਿਆਰਾ, ਮੁੰਡੇ ਕਮਾਲ ਦੇ ਵਿੱਚ ਦਿਲ ਜਾਨੀ ਆ, ਮੰਜੇ ਬਿਸਤਰੇ 'ਚ ਤੈਨੂੰ ਵੇਖ ਵੇਖ ਚੜ੍ਹਦਾ ਸਰੂਰ ਚੰਨੀ ਹੈ, ਲੈਦਰ ਲਾਈਫ, ਇੱਕ ਹਿੰਦੀ ਫਿਲਮ ਆਈ ਸੈਕਿੰਡ ਹੈਂਡ ਹਸਬੈਂਡ, ਉਹਦੇ ਵਿੱਚ ਰੱਬ ਤੋਂ ਨਹੀਂ ਤੂੰ ਰੱਬ ਜੈਸਾ ਜ਼ਰੂਰ ਹੈ, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2, ਅਤੇ ਆਉਣ ਵਾਲੀਆਂ ਫਿਲਮਾਂ 'ਚ ਰੱਬਾ ਰੱਬਾ ਮੀਂਹ ਬਰਸਾ, ਹੋਰ ਕਾਫੀ ਫਿਲਮਾਂ 'ਚ ਗੀਤ ਆ ਰਹੇ ਨੇ। ਜੀ। ਸੋ ਤੁਹਾਨੂੰ ਕਿਸੇ ਫਿਲਮ ਦੇ ਵਿੱਚ ਐਕਟਿੰਗ ਕਰਨ ਦਾ ਵੀ ਮੌਕਾ ਮਿਲਿਆ ਜੀ? ਹਾਂਜੀ ਬਿਲਕੁਲ, ਕਰਮਜੀਤ ਭਾਅ ਜੀ ਦੇ ਨਾਲ ਰਹਿੰਦੇ ਹਾਂ ਜੀ, ਕਈ ਵਾਰੀ ਉਹਨਾਂ ਮੌਕਾ ਦਵਾਇਆ, ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਮੇਰੇ ਉਸਤਾਦ ਵੀ ਨੇ ਜੀ ਉਹ ਐਕਟਿੰਗ ਦੇ ਖੇਤਰ 'ਚ, ਮੈਂ ਐਕਟਰ ਨਾ ਹੁੰਦਾ ਹੋਇਆ ਵੀ ਕਈ ਵਾਰੀ ਉਹਨਾਂ ਨੇ ਮੈਨੂੰ ਸਿਖਾ ਕੇ, ਮੈਨੂੰ ਪਿਆਰ ਨਾਲ ਸਿਖਾ ਕੇ ਵੀ ਜੀ ਝਿੜਕ ਜੀ ਕੇ ਵੀ ਮੈਥੋਂ ਕਈਆਂ ਫਿਲਮਾਂ ਦੇ ਵਿੱਚ ਐਕਟ ਕਰਾਇਆ, ਜਿਨ੍ਹਾਂ ਦੇ ਵਿੱਚ ਵੇਖ ਬਰਾਤਾਂ ਚੱਲੀਆਂ 'ਚ, ਇੱਕ ਬੱਸ 'ਚ ਦਵਾਈ ਵੇਚਣ ਵਾਲੇ ਦਾ ਕਰੈਕਟਰ ਕਾਫੀ ਹਿੱਟ ਹੋਇਆ, ਜਿਸ ਤੋਂ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਜੀ। ਅਤੇ ਇੱਕ ਫਿਲਮ ਆ ਰਹੀ ਹੈ ਜੀ ਰੱਬਾ ਰੱਬਾ ਮੀਂਹ ਬਰਸਾ, ਉਹਦੇ ਵਿੱਚ ਮੇਰਾ ਕਾਫੀ ਵੱਡਾ ਰੋਲ ਹੈ ਜੀ, ਅਤੇ ਹੋਰ ਵੀ ਨਿੱਕੇ ਮੋਟੇ ਰੋਲ ਕਈਆਂ ਫਿਲਮਾਂ 'ਚ, ਸਰਦਾਰ ਮੁਹੰਮਦ ਆ, ਲਾਵਾਂ ਫੇਰੇ 'ਚ ਵੀ ਹੈ ਜੀ, ਅਤੇ ਹੋਰ 8-10 ਫਿਲਮਾਂ 'ਚ ਮੇਰੇ ਛੋਟੇ ਛੋਟੇ ਰੋਲ ਹੈਗੇ ਜੀ, ਜਿਨ੍ਹਾਂ ਦਾ ਮੇਰਾ ਸ਼ੌਕ ਪੂਰਾ ਹੋ ਗਿਆ ਜੀ। ਅਤੇ ਮੈਂ ਧੰਨਵਾਦ ਹਾਂ ਜੀ ਕਰਮਜੀਤ ਬਾਈ ਜੀ ਔਰ ਉਹਨਾਂ ਦਾ ਬਹੁਤ ਕੋਟਨ ਕੋਟ ਪੂਰੇ ਪਰਿਵਾਰ ਦਾ, ਜਿਨ੍ਹਾਂ ਦਾ ਬਹੁਤ ਸਹਿਯੋਗ ਹੈ ਜੀ। ਸੋ ਇਸ ਦੇ ਨਾਲ ਨਾਲ ਤੁਸੀਂ ਹੋਰ ਕੀ ਕਰਦੇ ਹੋ ਜੀ ਘਰੇ? ਹੁਣ ਤਾਂ ਜਦੋਂ ਦੇ ਫਿਲਮਾਂ 'ਚ ਗਾਣੇ ਆਉਣ ਲੱਗੇ ਜੀ, ਤਕਰੀਬਨ ਮੈਂ ਕਰਮਜੀਤ ਭਾਅ ਜੀ ਦੇ ਨਾਲ ਹੀ ਰਹਿਣਾ, ਅਤੇ ਉਹ ਮੈਨੂੰ ਨਾਲ ਰੱਖਦੇ ਆ ਜੀ, ਪਿਆਰ ਦਿੰਦੇ ਆ, ਫਿਲਮਾਂ 'ਚ ਗਾਣੇ ਲਿਖਣ ਦਾ ਮੌਕਾ ਮਿਲਦਾ, ਪਰ ਜਦੋਂ ਮੈਂ ਫ੍ਰੀ ਹੋਵਾਂ, ਮੈਂ ਕਿਤਾਬਾਂ ਪੜ੍ਹਨ ਦਾ ਮੈਨੂੰ ਬਹੁਤ ਸ਼ੌਂਕ ਹੈ ਜੀ, ਮੈਂ ਕਿਤਾਬਾਂ ਪੜ੍ਹਨਾ ਜਾਂ ਚੰਗਾ ਲਿਖਣਾ ਅਤੇ ਚੰਗੀਆਂ ਕਿਤਾਬਾਂ ਪੜ੍ਹਨੀਆਂ ਮੇਰਾ ਬਹੁਤ ਵੱਡਾ ਸ਼ੌਂਕ ਹੈ ਜੀ, ਜਿੰਨਾ ਫ੍ਰੀ ਟਾਈਮ ਹੁੰਦਾ ਮੈਂ ਇਸ ਕੰਮ 'ਤੇ ਵੀ ਧਿਆਨ ਦਿੰਦਾ ਜੀ। ਇਸ ਤੋਂ ਬਿਨਾਂ ਮੈਨੂੰ ਬੂਟੇ ਲਾਉਣ ਦਾ ਬਹੁਤ ਸ਼ੌਂਕ ਹੈ ਜੀ, ਪਿੰਡ 'ਚ ਕਾਫੀ ਵਾਰੀ ਬੂਟੇ ਲਾਉਣੇ, ਜਾਂ ਸਕੂਲ ਦੀ ਸਫਾਈ ਕਰਨੀ, ਮੈਂ ਮੂਹਰੇ ਲੱਗ ਕੇ ਪਿੰਡ 'ਚ ਜਦੋਂ ਸਕੂਲ ਸਕਾਲ ਦੀ ਸਫਾਈ ਦੀ ਗੱਲ ਚੱਲਦੀ, ਮੈਂ ਆਪ ਝਾੜੂ ਚੱਕ ਕੇ ਪਿੰਡ ਦੀ ਸਕੂਲ ਦੀ ਸਫਾਈ ਕਰਨ ਦਾ ਮੈਨੂੰ ਬਹੁਤ ਸ਼ੌਂਕ ਹੈ ਜੀ। ਵਾਹ ਜੀ ਵਾਹ, ਬਹੁਤ ਵਧੀਆ ਜੀ। ਸੋ ਤੁਸੀਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਰੱਖਦੇ ਹੋ, ਅਤੇ ਖੁਦ ਵੀ ਕੋਈ ਕਿਤਾਬ ਲਿਖੀ ਹੈ ਜੀ ਹੁਣ ਤੱਕ? ਹਾਂਜੀ ਮੇਰੇ ਗੀਤਾਂ ਦੀ ਕਿਤਾਬ 51 2012 'ਚ ਰਿਲੀਜ਼ ਹੋਈ ਹੈ ਜੀ, 11 ਵੀ ਗੀਤ ਵੀ ਉਹਦੇ ਵਿੱਚ ਛਪਿਆ ਹੋਇਆ ਸੀ ਜੀ, ਹੋਰ ਕਾਫੀ ਗਾਣੇ ਉਹਦੇ ਵਿੱਚ ਛਪੇ ਹੋਏ ਆ ਜੀ, ਅਤੇ ਉਹ ਮੈਨੂੰ ਬਹੁਤ ਪਿਆਰੇ ਲੱਗਦੇ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਸਾਲ 2018 'ਚ ਇੱਕ ਨਵੀਂ ਕਿਤਾਬ ਵੀ ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਦੀ ਕਰੀਏ ਜੀ। ਜੀ। ਸੋ ਤੁਹਾਡਾ ਇਸ ਮੁਕਾਮ ਤੱਕ ਪੁੱਜਣ ਤੱਕ ਤੁਹਾਡੀ ਮਿਹਨਤ ਦੇ ਨੂੰ ਫਲ ਲਾਉਣ ਦੇ ਵਾਸਤੇ ਮਤਲਬ ਤੁਹਾਡਾ ਕਿਹਦਾ ਸਹਿਯੋਗ ਰਿਹਾ ਜੀ ਹੁਣ ਤੱਕ? ਸਭ ਤੋਂ ਪਹਿਲਾਂ ਤਾਂ ਜੀ ਦਿਲਬਾਗ ਚਹਿਲ ਮੇਰੇ ਪਿੰਡ ਤੋਂ ਮੁੰਡਾ ਜੀ ਨੇ ਕਰਮਜੀਤ ਬਾਈ ਜੀ ਨੂੰ ਮਿਲਾਇਆ, ਉਸ ਤੋਂ ਬਾਅਦ ਸਲੀਮ ਅਖਤਰ, ਕੁਲਵਿੰਦਰ ਕੰਵਲ, ਸਭ ਤੋਂ ਵੱਡਾ ਸਹਿਯੋਗ ਕਰਮਜੀਤ ਅਨਮੋਲ ਦੀ ਪੂਰੀ ਫੈਮਿਲੀ ਦਾ ਜੀ, ਬੱਚਿਆਂ ਦਾ, ਸਾਡੇ ਭਾਬੀ ਜੀ ਸਤਿਕਾਰਯੋਗ, ਔਰ ਮੇਰੀ ਫੈਮਿਲੀ ਪੂਰੀ ਜਿਹੜੀ ਮੈਨੂੰ ਸਪੋਰਟ ਕਰਦੀ ਹੈ ਜੀ, ਮੇਰੀ ਧਰਮ ਪਤਨੀ ਰਾਜਵਿੰਦਰ ਕੌਰ, ਮੇਰੇ ਬੱਚੇ ਸਰਗਮਜੋਤ ਕੌਰ, ਬਰਕਤ ਗੀਤ, ਮੇਰੇ ਮਾਤਾ ਪਿਤਾ, ਮੇਰੇ ਬ੍ਰਦਰ ਮੈਨੂੰ ਬਹੁਤ ਸਪੋਰਟ ਕਰਦੇ ਜੀ, ਔਰ ਸਾਰੇ ਪਿੰਡ ਦੇ ਮੈਨੂੰ ਕਾਫੀ ਪਿਆਰ ਕਰਦੇ ਜੀ, ਲਿਖਦਾ ਕਰਕੇ ਸਾਰੇ ਸਪੋਰਟ ਕਰਦੇ। ਜੀ ਬਿਲਕੁਲ ਜੀ, ਉਹ ਤਾਂ ਹੁੰਦਾ ਹੀ ਆ, ਪਿੰਡ ਨੂੰ ਵੈਸੇ ਹੀ ਮਾਣ ਹੁੰਦਾ ਹੈ ਜਦੋਂ ਆਪਾਂ ਕਿਸੇ ਟੈਲੀਵਿਜ਼ਨ ਚੈਨਲ 'ਤੇ ਜਾਂ ਕਿਸੇ ਤੁਰਿਆ ਜਾਂਦਾ ਟਰੈਕਟਰ, ਕੰਬਾਈਨ, ਆਮ ਬੱਸਾਂ ਦੇ ਵਿੱਚ, ਗੱਡੀਆਂ ਦੇ ਵਿੱਚ ਗੀਤ ਚੱਲਦੇ ਦੇਖਦੇ, ਜਦੋਂ ਕਿਤੇ ਆਪਣੇ ਪਿੰਡ ਦਾ ਨਾਂ ਆਉਂਦਾ, ਵੈਸੇ ਹਰ ਇੱਕ ਇਨਸਾਨ ਨੂੰ, ਹਰ ਇੱਕ ਬੰਦੇ ਨੂੰ ਫਖਰ ਮਹਿਸੂਸ ਹੁੰਦਾ ਹੈ। ਸੋ ਤੁਸੀਂ ਦੀਪ ਕੰਡਾਰੀਆ ਜੀ ਸਾਡੇ ਵਾਸਤੇ ਟਾਈਮ ਕੱਢਿਆ, ਸਾਡੇ ਰੰਗ ਪੰਜਾਬ ਦੇ ਯੂਟਿਊਬ ਚੈਨਲ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਇਹ ਦੱਸੋ ਵੀ ਆਉਣ ਵਾਲੇ ਜਿਹੜੇ ਜਿਹੜੇ ਅੱਜ ਦੇ ਮੁੰਡੇ ਗੀਤ ਲਿਖਦੇ ਨੇ, ਉਹਨਾਂ ਬਾਰੇ ਇੱਕ ਸਵਾਲ ਜਿਹੜਾ ਸਾਡਾ ਰਹਿ ਗਿਆ ਸੀ, ਕਿਉਂਕਿ ਕਾਫੀ ਹੱਦ ਤੱਕ ਜਿਵੇਂ ਕਹਿ ਰਹੀਏ ਅੱਜ ਦੀ ਗੀਤਕਾਰੀ ਦੇ ਵਿੱਚ ਗਿਰਾਵਟ ਆ ਚੁੱਕੀ ਹੈ, ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਬਿਨਾਂ ਕਿਸੇ ਵਿਸ਼ੇ ਦੇ, ਬਿਨਾਂ ਕਿਸੇ ਉਸਦੇ ਹੋਰ ਹੀ ਉਰਲਪਰਲ ਜਾਂ ਛੱਡੀ ਜਾਂਦੇ ਨੇ, ਜਿਹੜਾ ਕਿ ਸਾਡੇ ਇਸ ਸਮਾਜ ਨੂੰ ਬਹੁਤ ਗੰਦਲਾ ਕਰਦਾ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸ਼ਬਦ ਹਮੇਸ਼ਾ ਜਿਉਂਦੇ ਰਹਿੰਦੇ, ਕੋਈ ਨਹੀਂ ਜਾਣਦਾ ਕਿਹੜੇ ਰਾਜੇ ਕੋਲੇ ਕਿੰਨੀ ਪਰਜਾ ਸੀ, ਕਿੰਨੇ ਹੀਰੇ ਮੋਤੀ ਸੀ, ਕਿੰਨੇ ਉਹਦੇ ਕੋਲੇ ਸੋਨਾ ਚਾਂਦੀ ਸੀ, ਲੋਕੀ ਇਹ ਜਾਣਦੇ ਆ ਵੀ ਸ਼ਿਵ ਕੁਮਾਰ ਕੌਣ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਕੌਣ ਆ, ਰੱਜ ਬਲੀ ਕੌਣ ਆ, ਸ਼ਬਦ ਹਮੇਸ਼ਾ ਜਿਉਂਦੇ ਰਹਿੰਦੇ ਆ। ਇੱਕ ਲਿਖਣ ਵਾਲੇ ਬੰਦੇ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ, ਉਹ ਮਾੜਾ ਨਹੀਂ ਲਿਖਣਾ ਚਾਹੀਦਾ ਛੇਤੀ ਮਸ਼ਹੂਰ ਹੋਣ ਦੇ ਚੱਕਰ 'ਚ, ਮਿਹਨਤ ਕਰਨ ਵਾਲੇ ਬੰਦੇ ਨੂੰ ਮੇਰੇ ਖਿਆਲ 'ਚ ਇਹ ਵੀ ਕਿਸੇ ਦੀਆਂ ਮਿਹਨਤਾਂ ਨਹੀਂ ਕਰਨੀਆਂ ਪੈਂਦੀਆਂ। ਬਿਲਕੁਲ ਜੀ, ਮੇਰਾ ਵੀ ਇਹੀ ਸਿਧਾਂਤ ਆ ਵੀ
ਮਿਹਨਤ ਨਹੀਂ ਕਰਨੀ, ਮਿਹਨਤ ਕਰਨੀ। ਕਈ ਗਾਣੇ ਮੈਂ 10-10 ਵਾਰੀ ਲਿਖੇ ਆ, ਅਤੇ ਮੈਂ ਰਾਤੋ ਰਾਤ ਸਟਾਰ ਬਣਨ ਦੇ ਚੱਕਰ 'ਚ ਮੈਂ ਕਦੇ ਮਾੜਾ ਨਹੀਂ ਲਿਖਿਆ ਜੀ। ਅਤੇ ਨਵੇਂ ਦੋਸਤਾਂ ਮਿੱਤਰਾਂ ਨੂੰ ਮੇਰੀ ਇਹੀ ਸਲਾਹ ਵੀ ਮਿਹਨਤ ਕਰੋ, ਮਿਹਨਤ ਨਾ ਕਰੋ, ਜੀ ਜਿੰਨੀ ਵੱਧ ਤੋਂ ਵੱਧ ਹੋ ਬਿਲਕੁਲ ਜੀ, ਸਕਦੀ। ਐਸੋ ਬਹੁਤ ਬਹੁਤ ਧੰਨਵਾਦ, ਅਸੀਂ ਫਿਰ ਤੁਹਾਡਾ ਕਰਦੇ ਹਾਂ ਜੀ, ਜੀ ਆਇਆਂ ਆਖਦੇ ਹਾਂ ਤੁਹਾਨੂੰ, ਜੋ ਕਿ ਦੀਪ ਕਨੇਰਾ ਜੀ ਤੁਸੀਂ ਸਾਡੇ ਚੈਨਲ ਦੇ ਵਾਸਤੇ ਸਮਾਂ ਕੱਢਿਆ। ਥੈਂਕ ਯੂ ਜੀ ਸਾਰਿਆਂ ਨੂੰ, ਮੇਰੇ ਇੱਕ ਵਾਰ ਫਿਰ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਜੋ ਵੀ ਸੁਣ ਰਹੇ ਆ, ਜੋ ਪੜ੍ਹ ਰਹੇ ਆ, ਮੈਂ ਸਾਰਿਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਇਹ ਵੀ ਹੈ ਵੀ ਰੰਗਲਾ ਪੰਜਾਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ, ਸਾਡੇ ਵੀਰ ਧਰਮਾ ਹਰਿਆਓ ਵੀਰ ਜੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ, ਇਹਨਾਂ ਦਾ ਜੋ ਵੀ ਵੀਡੀਓ ਪਾਉਂਦੇ ਬਹੁਤ ਵਧੀਆ ਕੰਮ ਕਰ ਰਹੇ ਆ, ਅਤੇ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ। ਇਸ ਤੋਂ ਬਿਨਾਂ ਮੈਂ ਰਹਿ ਗਿਆ ਸੀ, ਮੇਰਾ ਖਿਆਲ ਚੋਂ ਨਿਕਲ ਗਿਆ, ਮੇਰੇ ਬਹੁਤ ਪਰਮ ਪਿਆਰੇ ਮਿੱਤਰ ਆ ਜੀ, ਜਗਸੀਰ ਜੱਗੀ ਜੀ, ਪਰਮ ਮਹਿਨਪਾਲ ਟਾਟਾ ਜੀ, ਜੋ ਮੰਜੇ ਬਿਸਤਰੇ ਚ ਨਾਨੀ ਦਾ ਕਿਰਦਾਰ ਨਿਭਾ ਚੁੱਕੇ ਆ, ਉਹਨਾਂ ਦਾ ਮੇਰਾ ਸਭ ਤੋਂ ਵੱਡਾ ਸਹਿਯੋਗ ਹੈ, ਇਹ ਸਭ ਤੋਂ ਵੱਧ ਮੈਨੂੰ ਪਿਆਰ ਇਹ ਦੋ ਬੰਦੇ ਕਰਦੇ ਆ ਜੀ, ਜਿਹੜੇ ਮੈਨੂੰ ਸਕਰੀਨ ਤੱਕ ਲੈ ਕੇ ਆਏ ਆ ਜੀ, ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਮੈਨੂੰ ਇਹਨਾਂ ਦਾ ਬਹੁਤ ਪਿਆਰ ਹੈ। ਰੱਬ ਕਰੇ ਇਹਨਾਂ ਦੀ ਬਹੁਤ ਵੱਡੀ ਲੰਬੀ ਉਮਰ ਕਰੇ ਰੱਬ, ਅਤੇ ਤੰਦਰੁਸਤੀਆਂ ਬਖਸ਼ੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਦੀਪ ਕੰਡਾਰਾ ਜੀ ਦਾ, ਔਰ ਸਾਡੇ ਸਾਰੇ ਦੇਖਣ ਵਾਲੇ ਦਰਸ਼ਕ ਵੀਰਾਂ ਦਾ। ਸੋ ਹੁਣ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਸਮੇਂ ਸਮੇਂ 'ਤੇ ਰੰਗ ਪੰਜਾਬ ਦੇ ਚੈਨਲ ਦਾ ਨਾਂ ਇਸ ਕਰਕੇ ਰੱਖਿਆ ਕਿ ਅਸੀਂ ਪੰਜਾਬ ਦਾ ਹਰ ਰੰਗ, ਉਹ ਚਾਹੇ ਕਬੱਡੀ ਨਾਲ ਜੁੜਿਆ, ਚਾਹੇ ਗੀਤਕਾਰੀ ਨਾਲ ਜੁੜਿਆ, ਚਾਹੇ ਭਲਵਾਨੀ ਨਾਲ ਜੁੜਿਆ, ਹਰ ਇੱਕ ਰੰਗ, ਚਾਹੇ ਉਹ ਕਵੀਸ਼ਰ ਹੈ, ਹਰ ਇੱਕ ਰੰਗ ਅਸੀਂ ਇਸ ਚੈਨਲ ਰਾਹੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਲਾਲ ਬਟਨ ਹੈ ਜੋ ਸਬਸਕ੍ਰਾਈਬ ਵਾਲਾ, ਉਹਨੂੰ ਦਬਾਓ, ਅਤੇ ਨਾਲ ਬੈੱਲ ਵਾਲਾ ਬਟਨ ਹੈ ਜਿਹੜਾ, ਉਹ ਵੀ ਜ਼ਰੂਰ ਦਬਾਓ।